ਮੈਂ ਤੁਹਾਨੂੰ ਸਮਝਾਤਾ ਕਿ ਬਾਬਰ ਜਾਬਰ ਮਹਾਰਾਜ ਦਾ ਹੁਕਮ ਹੈ ਅਤੇ ਜਾਬਰ ਉਸ ਸਟੇਜ ਦੇ ਉੱਤੇ ਨਹੀਂ ਆ ਸਕਦੇ ਜਿਹੜੀ ਸਟੇਜ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਅਤੇ ਉਹਨਾਂ ਦੇ ਜਨਮ ਦਿਨ ਨੂੰ ਮਨਾਇਆ ਜਾਊਗਾ। ਜਿਨ੍ਹਾਂ ਨੇ ਜਬਰ ਕੀਤਾ ਉਹ ਲੋਕ ਉਸ ਸਟੇਜ ਦੇ ਉੱਤੇ ਨਹੀਂ ਆ ਸਕਦੇ ਹੈਗੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਸਿੱਖਾਂ ਦੀ ਕਤਲੇਆਮ ਕੀਤੀ ਹੈ, ਸਿੱਖਾਂ ਨੂੰ ਉਜਾੜਿਆ, ਹਿਊਮਨ ਰਾਈਟਸ ਦੀ ਉਲੰਘਣਾ ਕੀਤੀ ਹੈ। ਅੱਜ ਵੀ ਕਸ਼ਮੀਰ ਦੇ ਵਿੱਚ ਕਤਲੇਆਮ ਹੋ ਰਹੀ ਹੈ। UN ਨੇ ਫਤਵਾ ਦੇ ਤਾ ਕਿ ਕਤਲੇਆਮ ਬਹੁਤ ਹੋ ਰਹੀ ਹੈ ਕਸ਼ਮੀਰ ਦੇ ਵਿੱਚ, ਪਰ ਇੰਡੀਆ ਕਹਿ ਰਿਹਾ ਇਹ ਗਲਤ ਚੀਜ਼ ਹੈ, ਇਹ ਅਸੀਂ ਮੰਨਣ ਨੂੰ ਤਿਆਰ। ਜੇ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਜਾਬਰ ਹੈ, ਬਾਬਰ ਜਾਬਰ ਹੈ, ਫਿਰ ਸਾਨੂੰ ਮੰਨਣਾ ਪਊਗਾ ਕਿ ਜਿਹੜਾ ਜਬਰ ਕਰਦਾ ਉਹ ਜਾਬਰ ਹੈ। ਮੈਂ ਕਰਤਾ ਦਿੱਤੀ ਤੁਹਾਨੂੰ ਸਾਰਿਆਂ ਨੂੰ, ਸਰਕਾਰ ਨੂੰ ਕਹਿ ਰਹੇ? ਹਾਂ, ਮੈਂ ਸਰਕਾਰ ਨੂੰ ਕਹਿ ਰਿਹਾ, ਮੋਦੀ ਨੂੰ ਕਹਿ ਰਿਹਾ, ਕਾਂਗਰਸ ਨੂੰ ਕਹਿ ਰਿਹਾ ਹੈ, ਕਹਿ ਤਾਂ ਰਿਹਾ ਮੈਂ ਸਾਰਿਆਂ ਨੂੰ। ਜਿਹੜੇ ਸੁਲਤਾਨਪੁਰ ਦੇ ਵਿੱਚ ਪ੍ਰੋਗਰਾਮ ਹੋਣੇ ਆ ਤੇ ਇਹਦੇ ਵਿੱਚ ਜਿਹੜੇ ਕੋਈ ਵੀ ਤੁਸੀਂ ਆਪਦੇ ਵੱਲੋਂ ਉਹਨਾਂ ਨਾਲ ਸਹਿਮਤ ਹੋ ਕੇ ਕਰ ਰਹੇ ਹੋ ਜਾਂ ਅਲੱਗ ਕਰ ਰਹੇ ਹੋ? ਅਸੀਂ ਅਲੱਗ ਕਰਾਂਗੇ, ਕਿਉਂ ਕਰਕੇ ਬਾਬਰ ਜਾਬਰ ਨਹੀਂ ਸਾਡੀ ਸਟੇਜ ਤੇ ਆ ਸਕਦਾ ਹੈਗਾ। ਅਸਲ ਇੱਕ 22 ਸਾਲਾ ਨੌਜਵਾਨ ਹਰਜੀਤ ਸਿੰਘ ਦੇ ਮਾਂ ਕਤਲ ਮਾਮਲੇ ਵਿੱਚ ਚਾਰ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਬਰੀ ਕੀਤਾ ਗਿਆ ਰਾਜਪਾਲ ਵੱਲੋਂ, ਤਾਂ ਉਹਦੇ ਉੱਪਰ ਤੁਹਾਡੇ ਵੱਲੋਂ ਕੋਈ ਹੈਗਾ ਸੀਗਾ ਕਿ ਜਿਹੜੇ ਸਿੱਖ ਕੈਦੀ ਹੈਗੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ? ਹਾਂ, ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੇ ਉੱਤੇ ਜਿੰਨੇ ਵੀ 25 ਸਿੱਖ 25-25 ਸਾਲਾਂ 'ਚ ਜੇਲ੍ਹ ਦੇ ਵਿੱਚ ਬੈਠੇ ਹੈ ਉਹਨਾਂ ਦੀ ਰਿਹਾਈ ਕਰ ਦਿਉ। ਜੇ ਇਮਰਾਨ ਖਾਨ ਜੀ ਪ੍ਰਾਈਮ ਮਿਨਿਸਟਰ ਪਾਕਿਸਤਾਨ ਦੇ ਇੰਡੀਆ ਦੇ ਪਾਇਲਟ ਨੂੰ ਰਿਹਾਅ ਕਰਕੇ 3 ਦਿਨਾਂ ਦੇ ਵਿੱਚ ਭੇਜ ਸਕਦੇ ਸੀਗੇ, ਜਦਕਿ ਕਾਨੂੰਨ ਜਿਹੜਾ ਜਨੀਵਾ ਕਨਵੈਨਸ਼ਨਸ ਆਫ ਵਾਰ ਹੈਗੇ ਹੈ ਕਿ ਜਦੋਂ ਅਮਨ ਦੀ ਗੱਲ ਹੁੰਦੀ ਹੈ ਉਦੋਂ ਪ੍ਰਿਜ਼ਨਰਸ ਆਫ ਵਾਰ ਇੱਕ ਦੂਜੇ ਦੇ ਐਕਸਚੇਂਜ ਹੁੰਦੇ ਹੈ, ਪਰ ਇਮਰਾਨ ਖਾਨ ਨੇ ਪਹਿਲੇ 3 ਦਿਨਾਂ ਦੇ ਵਿੱਚ ਉਹ ਪਾਇਲਟ ਨੂੰ ਇੱਧਰ ਭੇਜਤਾ ਸੀਗਾ। ਜੇ ਇਮਰਾਨ ਖਾਨ ਇਹੋ ਜਿਹੀ ਸੋਚ ਰੱਖ ਸਕਦੇ ਹੈ ਅਤੇ ਮੋਦੀ ਅਤੇ ਹਿੰਦੁੱਤਵਾ ਦੇ ਲੋਕ ਦਿੱਲੀ 'ਚ ਬੈਠੇ 25-25 ਸਾਲ ਜਿਹੜੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਹੈ ਉਹਨਾਂ ਨੂੰ ਕਿਉਂ ਨਹੀਂ ਰਿਹਾਅ ਕਰਦੇ? ਅਤੇ ਗਵਰਨਰ ਦੇ ਕੋਲ ਵੀ ਇਸ ਮੈਮੋਰੈਂਡਮ ਦਿੱਤਾ ਕਿ ਠੀਕ ਹੈ ਤੁਸੀਂ ਪੁਲਿਸ ਅਫਸਰਾਂ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਰਿਹਾਅ ਕੀਤਾ। ਲਿਖਤੀ ਤੌਰ 'ਤੇ ਅਸੀਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕ ਹੈ, ਆਰਟੀਕਲ 14 ਪੜ੍ਹੋ ਜਿਹੜਾ ਕਹਿੰਦਾ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਹੈ, ਅਤੇ ਫਿਰ ਗਵਰਨਰ ਸਾਹਿਬ ਤੁਸੀਂ ਸਾਡੇ ਜਿਹੜੇ 25 ਸਿੱਖ ਹੈ ਉਹਨਾਂ ਨੂੰ ਰਿਹਾਅ ਕਿਉਂ ਨਹੀਂ ਕਰਦੇ? ਉਹਨਾਂ ਨੇ ਸਾਥੋਂ ਲਿਖਤੀ ਤੌਰ 'ਤੇ ਲੈ ਲਿਆ ਕਿ ਕਿਹੜੇ 25 ਸਿੱਖ ਹੈ, ਉਹ ਕਹਿੰਦੇ ਇਹਦੇ 'ਤੇ ਵੀ ਮੈਂ ਕਦਮ ਚੱਕੂੰਗਾ, ਪਰ ਕਿਉਂ ਕਰਕੇ ਸਾਡਾ MP ਹੈ ਨਹੀਂ, MLA ਨਹੀਂ ਹੈ, ਸਾਨੂੰ ਨਹੀਂ ਪਤਾ ਕਿ ਉਹ ਕਰਨਗੇ ਨਹੀਂ ਕਰਨਗੇ। ਪਰ ਜਦ ਦਾ ਅਸੀਂ ਗਵਰਨਰ ਕੋਲ ਗਏ ਹਾਂ ਸਾਰੀਆਂ ਪਾਰਟੀਆਂ ਕਹਿਣ ਲੱਗ ਪਈਆਂ ਕਿ ਉਹ ਪੁਲਿਸ ਅਫਸਰਾਂ ਦੀ ਗਲਤ ਰਿਹਾਈ ਹੋਈ ਹੈ, ਪਰ ਬਾਦਲ 10 ਸਾਲ ਰਿਹਾ, ਇਸ ਨੇ ਇੱਕ ਬੰਦਾ ਰਿਹਾ ਨਹੀਂ ਹੋਣ ਦਿੱਤਾ ਹੈਗਾ, ਔਰ ਗੁਰੂ ਮਹਾਰਾਜ ਦੀ ਬੇਅਦਬੀ ਕਰਤੀ ਇਹਨਾਂ ਨੇ। ਅੱਜ ਗੋਲਕਾਂ ਦੇ ਵਿੱਚੋਂ ਪੈਸਿਆਂ ਨੂੰ ਲੈ ਕੇ ਪੈਸੇ ਕੱਢੇ ਜਾ ਰਹੇ ਆ, ਉਹਨਾਂ ਦੇ ਉੱਪਰ ਵੀ ਤੁਹਾਡਾ ਕੁਛ? ਬਿਲਕੁਲ ਹੈਗੇ ਆ ਜੀ, ਤਦੇ ਅਸੀਂ ਇਲੈਕਸ਼ਨ ਮੰਗਦੇ ਹਾਂ, ਇਲੈਕਸ਼ਨ ਗਵਰਨਮੈਂਟ ਆਫ ਇੰਡੀਆ ਕਰ ਨਹੀਂ ਰਹੀ, 3 ਸਾਲ ਸਾਡੀ ਪਾਰਲੀਮੈਂਟ ਉੱਤੇ ਚੱਲ ਰਹੀ ਹੈ, ਅਤੇ ਸਾਡੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੀ ਡਿਊਟੀ ਵੀ ਢਾਹਤੀ ਹੈ STPC ਨੇ ਅਤੇ ਸੰਤਾਂ ਨੇ ਰਲ ਕੇ, ਅਤੇ ਅਜੇ ਤੱਕ ਉਹਦਾ ਕੇਸ ਨਹੀਂ ਹੋਇਆ। ਅਸੀਂ ਹਾਈਕੋਰਟ ਦੇ ਵਿੱਚ ਕੇਸ ਕੀਤਾ, ਦੇਖੋ ਕੀ ਉਹਦਾ ਫੈਸਲਾ ਹੁੰਦਾ। STPC ਦੇ ਵਿੱਚ ਬਹੁਤ ਹੇਰਾਫੇਰੀ ਹੋ ਗਈ ਹੈ, ਬਹੁਤ ਜ਼ਿਆਦਾ, ਸਾਡੇ ਪੁਰਾਣੀਆਂ ਇਮਾਰਤਾਂ ਸਾਰੀਆਂ ਢਾਈ ਜਾ ਰਹੇ ਹੈ,
ਔਰ ਬਰਬਾਦੀ ਕਰਤੀ ਸਾਡੇ ਕਲਚਰ ਦੀ, ਸਾਡੇ ਇਤਿਹਾਸ ਦੀ, ਸਾਡੇ ਰਵਾਇਤ ਦੀ।